ब्रेक तो बाद फिर स्वागत है इस वक्त मेरे नाल इंद्रजीत कौर ने। इंद्रजीत जी नकोदर तो जित के आए हो, किवें लग रहे? पहला तो नवा नवा MLA बने हो। बहुत अच्छा लग रहा और बहुत वड्डे थम नु सुट के आए हैं, इस करके होर भी बड़ी खुशी हुई है। उतो गुरप्रताप बडाला जिहड़ा वो दो बार दे MLA सी और सुखबीर सिंह बादल दे बराबर पिछली बारी कांग्रेस की हनेरी होने के बावजूद बादल साहब के बराबर दियां सीटां जिहड़ियां लीड लैके 18,000 की लीडां जितते सी। इस बार उन्होंने BSP की सपोर्ट सी, तकरीबन 40,000 वोट की लीड नू कट के आम आदमी पार्टी का ये वर्कर जिहड़ा अब जित हासिल करके आया। की लगता है किहड़े काम ने जिहड़े नकोदर दे लई करोगे? बहुत काम होने वाले नहीं जी, सिर्फ नकोदर नहीं, पूरे पंजाब की यह हालत आ। खास करके नकोदर दे विच जिहड़ा पंजाब दे विच आम आदमी पार्टी का जिहड़ा नारा आ, आम आदमी पार्टी का जिहड़ा एजेंडा आ, हेल्थ ते एजुकेशन, वह सारे पंजाब की यही हालत आ। करप्शन जिन्हों मुढ़ों पट्टण वास्ते आम आदमी पार्टी ने जन्म लिया और इस जन्म के नाल पंजाब नू नहीं पूरे मुल्क नू यह आस जागी आ कि केजरीवाल साहब की सोच से पहरा दे के ये जी करप्शन है इनू देश दे विचों मुढ़ों खत्म किया जाएगा। साढ़े बहुत ईमानदार CM सरदार भगवंत सिंह जी मान, जिन्हों की ईमानदारी की असी सहु खाने, पूरी दुनिया उन्होंने ईमानदारी की सहु खाते हैं। असी पंजाब जिहड़ा है ये केजरीवाल की सोच न पूरे मुल्क दे विच लैके जाएगा। असी पंजाब ने मोहरी सूबा होने की भूमिका हमेशा निभाई आ, पंजाब ही देश दे विच आम आदमी पार्टी की सरकार नू स्थापित करने दे विच मोहरी भूमिका निभाएगा। पंजाब ने एक मॉडल स्थापित कर दिता, केजरीवाल साहब की सोच से पहरा दे दिता, हुण असी मॉडल कायम करांगे विकास के नाँ ते, करप्शन नू खत्म करन दे नाँ ते, स्कूल दे नाँ ते, हॉस्पिटल दे नाँ ते, ਯੂਨੀਵਰਸਿਟੀਆਂ ਦੇ ਨਾਂ ਤੇ, ਕਾਲਜਾਂ ਦੇ ਨਾਂ ਤੇ। ਰਾਜਵਿੰਦਰ ਜੀ ਨੇ ਮਗਰ ਉਹਨਾਂ ਦੇ ਨਾਲ, ਰਾਜਵਿੰਦਰ ਜੀ ਤਾਂ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਇਸ ਵਾਰ ਤੁਹਾਡੀ ਪਾਰਟੀ ਇੱਕ ਵੱਡੀ ਪਾਰਟੀ ਬਣ ਕੇ ਆਈ ਹੈ, ਪਰ ਖਾਸ ਗੱਲ ਉਹਦੇ 'ਚ ਇੱਕ ਚੀਜ਼ ਨਜ਼ਰ ਆ ਰਹੀ ਹੈ ਕਿ 11 ਮਹਿਲਾ ਨੇ ਜਿਹੜੇ MLA ਬਣ ਗਈਆਂ। ਦੇਖੋ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹੁੰਦੀ ਹਾਂ, ਉਹ ਵਧਾਈ ਦੇ ਪਾਤਰ ਆ ਜੋ ਉਹਨਾਂ ਨੇ ਇਹ ਆਪਣੀ ਸਰਕਾਰ ਬਣਾਈ ਆ। ਇਹ ਦੋਨਾਂ ਰਵਾਇਤੀ ਪਾਰਟੀਆਂ ਤੋਂ ਕਿਤੇ ਨਾ ਕਿਤੇ ਬਹੁਤ ਦੁਖੀ ਸੀ ਪੰਜਾਬ ਦੀ ਜਨਤਾ। ਉਹਨਾਂ ਨੇ ਇਹ ਦੱਸਿਆ ਉਹਨਾਂ ਨੂੰ ਫਤਵਾ ਦਿੱਤਾ ਦੋਨਾਂ ਨੂੰ, ਜਿਹੜਾ ਉਹਨਾਂ ਨੇ 75 ਦੀਆਂ ਬਾਰੀਆਂ ਬੰਨ ਬੰਨ ਕੇ ਪੰਜਾਬ ਨੂੰ ਲੁੱਟਿਆ। ਉਹ ਜਿਹੜਾ ਫਤਵਾ ਉਹਨਾਂ ਨੇ ਲੋਕਾਂ ਨੇ ਪੰਜਾਬ ਦੀ ਜਨਤਾ ਨੇ ਦਿੱਤਾ, ਕਿਉਂਕਿ ਪਹਿਲਾਂ ਪੰਜਾਬ ਦੀ ਜਨਤਾ ਕੋਲ ਕੋਈ ਵਿਕਲਪ ਨਹੀਂ ਸੀ, ਹੁਣ ਜਦੋਂ ਵਿਕਲਪ ਆਇਆ ਉਹਨਾਂ ਕੋਲ ਆਮ ਆਦਮੀ ਪਾਰਟੀ। 92 ਸੀਟਾਂ ਦੇ ਕੇ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ, ਜਿਹਦੇ ਵਿੱਚ ਮੇਰੀਆਂ ਭੈਣਾਂ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ 11 ਜਿੱਤ ਕੇ ਆਈਆਂ ਨੇ ਆਮ ਆਦਮੀ ਪਾਰਟੀ ਦੀ। ਹਾਂਜੀ, ਜਿੰਨੀਆਂ ਮੇਰੀਆਂ ਭੈਣਾਂ ਨੇ ਇਲੈਕਸ਼ਨ ਲੜੀ ਆ, ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ, ਸਾਰੀਆਂ ਮੇਰੀਆਂ ਭੈਣਾਂ MLA ਬਣੀਆਂ। ਮੈਂ ਉਹਨਾਂ ਭੈਣਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦੀ ਹਾਂ। ਬਾਕੀ ਜੋ ਪੰਜਾਬ ਦੇ ਇਹਨਾਂ ਨੇ ਕੀਤਾ ਹੀ ਕੁਛ ਨਹੀਂ ਪੰਜਾਬ ਦਾ, ਪੰਜਾਬ ਦੀ ਡਿਵੈਲਪਮੈਂਟ ਹੁਣ ਆਮ ਆਦਮੀ ਪਾਰਟੀ ਕਰਕੇ ਦਿਖਾਊਗੀ। ਨਾਭੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੁਰਦੇਵ ਸਿੰਘ ਦੇਵਮਾਨ, ਮਾਨਸਾ ਪਿੱਛੇ ਟਰੱਕ ਜਿਹੜੇ, ਕੀ ਗੱਲ? ਮੈਂ ਤਾਂ ਜੀ ਨੋਰਮਲ ਬੰਦਾ, ਤੁਹਾਡੇ ਨਾਲ ਹੀ ਤੁਰਿਆ ਫਿਰਦਾ ਜੀ। ਇਹ VIP ਕਲਚਰ ਮੈਨੂੰ ਪਸੰਦ ਨਹੀਂ, ਮੈਂ ਤਾਂ ਸਾਈਕਲ ਤੇ ਰਹਿ ਕੇ ਕੰਪੇਨ ਕੀਤੀ ਔਰ ਉਹ ਹੰਕਾਰੀ ਮੰਤਰੀ ਹਰਾਇਆ ਜਿਹੜਾ 3 ਮਹਿਕਮਾਂ ਦਾ ਮੰਤਰੀ ਸੀਗਾ, ਔਰ ਜਿਹੜਾ 5 ਵਾਰ ਦਾ MLA ਸੀ ਸਾਧੂ ਧਰਮਸੋਤ, ਉਹਦੀ ਜ਼ਮਾਨਤ ਜ਼ਬਤ ਹੋ ਗਈ ਹੈ ਔਰ ਨਾਭੇ ਦੇ ਲੋਕਾਂ ਨੇ 82,000 ਵੋਟ ਪਾਈ ਹੈ ਔਰ 52,600 ਵੋਟਾਂ ਦੇ ਨਾਲ ਸਾਧੂ ਧਰਮਸੋਤ ਹਰਾਇਆ। ਸਰਨ ਵਿਧਾਇਕ ਨੇ ਦੇਵਮਾਨ ਨਾਭਾ ਤੋਂ, ਮਾਨ ਸਾਹਿਬ ਗੱਲ ਕਰ ਰਹੇ ਸੀ ਕਿ ਵਿਧਾਇਕ ਦਾ ਵੱਡੀ ਮਾਤਰਾ ਵਿੱਚ ਬਹੁਮਤ ਦਿੱਤਾ, 92 ਵਿਧਾਇਕ ਆ ਗਏ, ਪਰ ਕੈਬਨਿਟ ਦੀ ਸਿਲੈਕਸ਼ਨ ਕਰਨੀ ਕਿੰਨੀ ਸੌਖੀ ਔਖੀ ਲੱਗਦੀ ਹੈ? ਦੇਖੋ ਇਹ ਫੈਸਲਾ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਨੇ ਕਰਨਾ ਜੀ। ਅਸੀਂ ਸਾਰੇ ਸਿਪਾਹੀ ਆ, ਸੱਚੇ ਸਿਪਾਹੀ ਆ, ਜਿੱਥੇ ਪਾਰਟੀ ਡਿਊਟੀ ਲਾਏਗੀ ਉੱਥੇ ਡਿਊਟੀ ਨਿਭਾਵਾਂਗੇ। ਜਿਹੜੀ ਦੂਜੀ ਗੱਲ ਕਹੀ ਆ ਵਿਧਾਇਕਾਂ ਨੂੰ, ਕਹੀ ਆ ਮਾਨ ਸਾਹਿਬ ਨੇ ਵੀ ਪਿੰਡਾਂ 'ਚ ਜਾਣਾ, ਚੰਡੀਗੜ੍ਹ ਘੱਟ ਪੜਨਾ। ਬਿਲਕੁਲ, ਮੈਂ ਤਾਂ ਕਹਿੰਦਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ, ਸਾਰਾ ਕੰਮ ਪਿੰਡਾਂ 'ਚ ਸ਼ਹਿਰਾਂ 'ਚ ਰਹਿ ਕੇ ਕਰੋ ਔਰ ਲੋਕਾਂ ਦੇ ਮਸਲੇ ਉੱਥੇ ਬਹਿ ਕੇ ਹੱਲ ਕਰੋ, ਕਿਉਂਕਿ ਲੋਕਾਂ ਨੂੰ ਬਹੁਤ ਵੱਡੀ ਉਮੀਦ ਹੈ ਆਮ ਆਦਮੀ ਪਾਰਟੀ ਤੋਂ, ਉਹਨਾਂ ਦੀ ਉਮੀਦਾਂ 'ਤੇ ਖਰਾ ਉਤਰਨਾ ਜੀ। ਉਹ ਕਹਿ ਰਹੇ ਨੇ ਕਿ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਔਰ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਅੱਜ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ, ਉਹਨਾਂ ਲੋਕਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਆ, ਬਾਕੀ ਸਾਰੇ ਕੰਮ ਪਿੱਛੇ ਨੇ। ਔਰ ਮਾਲ ਰੋਡ ਇਸ ਵੇਲੇ ਕ੍ਰੋਸ ਕਰ ਰਿਹਾ ਇਹ ਕਾਫਲਾ ਆਮ ਆਦਮੀ ਪਾਰਟੀ ਦਾ। ਧੰਨਵਾਦ ਪੰਜਾਬ, ਜਿਹੜਾ ਰੋਡ ਮਾਰਚ ਕਚਹਿਰੀ ਚੌਂਕ ਤੋਂ ਮਾਲ ਰੋਡ 'ਤੇ ਪਹੁੰਚ ਚੁੱਕੇ।